ਸਰਵਣ ਗੁਰੂ ਪਾਣੀ ਪਿਤਾ। ਇਹ ਦੋ ਘਰਾਂ ਦਾ ਪਾਣੀ ਪਰਮੇਸ਼ੁਰ ਵੱਲੋਂ ਦਿੱਤਾ ਹੋਇਆ, ਪਰਮਾਤਮਾ ਵੱਲੋਂ ਜਿੰਨੀ ਬਾਰਿਸ਼ ਪਈ ਆ ਸਾਰੀ ਬਾਰਿਸ਼ ਹਾਰਵੈਸਟਿੰਗ ਰਾਹੀਂ, ਆਹ ਲਓ ਜੀ ਹਾਰਵੈਸਟਿੰਗ ਪੁਆਇੰਟ ਬਣਾਤਾ ਵਾਟਰ ਹਾਰਵੈਸਟਿੰਗ, ਉਹ ਬਿਲਕੁਲ ਪਾਣੀ ਤਾਜ਼ਾ ਧਰਤੀ ਦੇ ਵਿੱਚ ਜਾ ਰਿਹਾ। ਦੇਖੋ ਕਿੰਨਾ ਸਾਫ ਹੈ, ਬਣਾ ਕੇ ਉੱਪਰ ਜਾਲੀ ਲਗਾ ਦਿੱਤੀ ਆ, ਉੱਥੋਂ ਪਾਣੀ ਇਕੱਠਾ ਹੋ ਕੇ ਸਾਰਾ ਸਾਫ ਪਾਣੀ ਘਰਾਂ ਦਾ ਧਰਤੀ ਦੇ ਵਿੱਚ ਆ ਰਿਹਾ। ਮੈਂ ਹੋਰ ਵੀ ਦੋਸਤਾਂ ਨੂੰ ਅਪੀਲ ਕਰਦਾ ਵੀ ਇਸ ਤਰ੍ਹਾਂ ਦੇ ਆਪਦੇ ਘਰਾਂ ਦੇ ਬਾਹਰ ਬਾਰਿਸ਼ ਦੇ ਪਾਣੀ ਨੂੰ ਆਪਾਂ ਸੇਫ ਕਰੀਏ, ਅਤੇ ਇਸ ਕੁਦਰਤ ਦੇ ਵੱਲੋਂ ਦਿੱਤੇ ਹੋਏ ਇਸ ਜੀਵਨ ਦਾ ਆਪਣਾ ਜੀਵਨ ਸਫਲਾ ਕਰੀਏ, ਅਤੇ ਇਸ ਮਹਾਨ ਕੰਮ ਨੂੰ ਨੇਪਰੇ ਚਾੜੋ। ਅਤੇ ਆਹ ਦੇਖੋ ਜੀ ਕਿੰਨਾ ਅੱਛਾ ਪਾਣੀ ਜਾ ਰਿਹਾ ਧਰਤੀ ਦੇ ਵਿੱਚ, ਬਿਲਕੁਲ ਸਾਫ ਅਤੇ ਸ਼ੁੱਧ ਪਾਣੀ ਹੈ। ਇਹ ਮੈਂ ਖੁਦ ਤਿਆਰ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੀ ਬਖਸ਼ਿਸ਼ ਨਾਲ। ਦਿਸ ਇਜ਼ ਮਾਈ ਸਮਾਲ ਮੈਸੇਜ ਟੂ ਆਵਰ ਫਰੈਂਡਸ ਐਂਡ ਸੋਸਾਇਟੀ। ਥੈਂਕ ਯੂ।